ਡਮਰੂ ਵੀ ਹੈ ਓਏ ਵੱਜਿਆ ਨਹੀਂ ਸੌਰੀ ਆਪਾਂ ਪ੍ਰੋਫੈਸ਼ਨਲ ਮਰਦਾਰੀ ਨਹੀਂ ਹੈਗੇ ਗੋਗਲਸ ਆਪਣੇ ਕੋਲ ਬਹੁਤ ਹੀ ਸੋਹਣੀ ਵਰਾਇਟੀ ਹੈਗੀ ਹੈ ਸਭ ਤੋਂ ਪਾਵਰਫੁਲ ਵਰਾਇਟੀ ਜਿਹੜੀ ਚੱਲਦੀ ਅੱਜ ਕੱਲ੍ਹ ਹੈਵੀ ਟਰਨ ਲੁੱਕ ਦੇ ਵਿੱਚ ਰੇਬਨ ਸਟਾਈਲ ਦੇ ਵਿੱਚ ਐਨਕ ਅਤੇ ਇਹ ਜਿਹੜੀ ਹਮੇਸ਼ਾ ਚੱਲਦੀਆਂ ਚੱਲਦੀਆਂ ਨੇ ਇਹਦੇ ਜਿਹੜੇ ਸਾਈਡ 'ਤੇ ਦੇਖੋ ਆਪ ਜੀ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਰੱਬੀ ਫੋਮ ਦਿੱਤਾ ਹੋਇਆ ਹੈ ਸਾਈਡ 'ਤੇ ਜਿਹੜਾ ਮੈਟਲ ਲੁੱਕ ਹੈ ਐਂਡ 'ਤੇ ਪਲਾਸਟਿਕ ਹੀ ਹੈ ਐਂਡ ਜਿਹੜੇ ਕਲਰ ਦੇ ਗ੍ਰੇਡੀਅੰਟ ਦਿੱਤਾ ਹੋਇਆ ਇਹ ਹੈਗਾ ਇੱਕ ਬਲੂ ਦੇ ਨਾਲ ਗੋਲਡ ਸ਼ੇਡ ਦੇ ਵਿੱਚ ਅੱਛਾ ਉਸ ਤੋਂ ਬਾਅਦ ਆਪਣੇ ਆਉਂਦਾ ਬਲੈਕ ਸਟਾਈਲ ਅਤੇ ਬਲੈਕ ਆਪਾਂ ਲਗਾ ਕੇ ਦੇਖਦੇ ਹਾਂ ਹੁਣ ਟੈਗ ਲਾਉਣਾ ਪੈਣਾ ਤਾਂ ਐਨਕਾਂ ਨੂੰ ਲਗਾ ਕੇ ਦਿਖਾਉਂਦੇ ਹਾਂ ਬਹੁਤ ਵੱਡੀ ਡਿਮਾਂਡ ਹੈ ਲੋਕਾਂ ਦੀ ਐਨ ਕਿੱਦਾਂ ਲਾਉਣੀ ਪੱਗ ਦੇ ਵਿੱਚ ਇਹ ਪੱਗ ਹੁਣ ਨਾਰਾਜ਼ ਹੋ ਰਹੀ ਹੈ ਕਿ ਜ਼ਿਆਦਾ ਟੋਰ ਨਾ ਬਣ ਜਾਏ ਕਿਤੇ ਮੇਰੀ ਹਾਂ ਆਹ ਵੇਲਾ ਫਿਰ ਟੈਗ ਲੱਗਿਆ ਪਰ ਮੈਂ ਸੋਹਣਾ ਲੱਗ ਰਿਹਾ ਮੈਨੂੰ ਪਤਾ ਓਕੇ ਚਲੋ ਇਹ ਤਾਂ ਮਜ਼ਾਕ ਹੋ ਗਿਆ ਮਜ਼ਾਕ ਦੇ ਗੱਲਾਂ ਬਾਹਰ ਦੀਆਂ ਪਰ ਪਹਿਲਾਂ ਆਪਣੇ ਕੰਮ ਦੀ ਗੱਲ ਕਰਦੇ ਹਾਂ ਇਹ ਆਪਾਂ ਇਹਨਾਂ ਦੀ ਐਨਕ ਵਾਪਸ ਕਰਤੀ ਪੈਸੇ ਆਪਾਂ ਇਹਨਾਂ ਨੂੰ ਇੱਕ ਵੀ ਨਹੀਂ ਦੇਣਾ ਇੱਕ ਰੁਪਈਏ ਨਹੀਂ ਦੇਣਾ ਇਹਨਾਂ ਨੂੰ ਅਤੇ ਨੈਕਸਟ ਆਪਣੇ ਕੋਲ ਆ ਜਾਂਦੀ ਹੈ ਇਹ ਬੜੀ ਜਿਹੜੀ ਕਿੰਗ ਫਿਸ਼ਰ ਲੁੱਕ ਦੇ ਵਿੱਚ ਆ ਜਾਂਦੀ ਹੈ ਇੰਪੋਰੀਓ ਅਰਮਾਨੀ ਅਰਮਾਨੀ ਦੇ ਲੁੱਕ ਦੇ ਵਿੱਚ ਜਿਹੜੀ ਐਨਕ ਹੈ ਇਹਦੇ ਜਿਹੜੇ ਬਹੁਤ ਹੀ ਜ਼ਿਆਦਾ ਸਟਾਈਲ ਬਣਿਆ ਪਿਆ ਇਹਦਾ ਤਾਂ ਮੈਂ ਤਾਂ ਵੀ ਲਾ ਕੇ ਦੇਖੂੰਗਾ ਵੀ ਮੈਂ ਦਲਜੀਤ ਫੇਲ ਕਰਨਾ ਹੁਣ ਜੋ ਮਰਜ਼ੀ ਹੋਵੇ ਹੁਣ ਮੈਂ ਜ਼ਿਆਦਾ ਸੋਹਣਾ ਲੱਗਣ ਲੱਗ ਪਿਆ ਅਤੇ ਮੁੰਡਾ ਤਾਂ ਕਿਤੇ ਮੈਨੂੰ ਨਜ਼ਰ ਨਾ ਲੱਗ ਜਾਂਦੇ ਹੁਣ ਰਸਤੇ 'ਚ ਸਹੀ ਗੱਲ ਟੈਗ ਇੱਥੇ ਵੀ ਲੱਗਿਆ ਮੈਂ ਗੋਲੀ ਮਾਰ ਦੂੰਗਾ ਇਹਨੂੰ ਵੈਸੇ ਨਾ ਕਿੰਨੀ ਵਧੀਆ ਇਹ ਭਾਅ ਜੀ ਇਹਨਾਂ ਨੇ ਹੁਣ ਲਕੋਸਟੇ ਲਿਆਉਂਦੀ ਹੈ ਇਹ ਟੈਗ ਵੱਲੋਂ ਪਹਿਲੇ ਹੱਥ ਨੂੰ ਤਿਆਰ ਹੈ ਕਹਿੰਦਾ ਪਤਾ ਹੈ ਕਿ ਸਰਗੁਣ ਕੋਲ ਜਾਣਾ ਅਤੇ ਗੋਲੀ ਤਾਂ ਵਿਖਾਣੀ ਨਹੀਂ ਆਪਾਂ ਪਰ ਮੇਰੇ ਕੋਲ ਇੱਕ ਹੋਰ ਚੀਜ਼ ਵੀ ਹੈ ਡਮਰੂ ਵੀ ਹੈ ਓਏ ਵੱਜਿਆ ਨਹੀਂ ਸੌਰੀ ਆਪਾਂ ਪ੍ਰੋਫੈਸ਼ਨਲ ਮਰਦਾਰੀ ਨਹੀਂ ਹੈਗੇ ਓਕੇ ਲਕੋਸਟੇ ਦੇਖੋ ਜੀ ਆਪਾਂ ਇਹ ਜਿਹੜੀ ਐਨਕ ਹੈ ਇਹ ਬਹੁਤ ਹੀ ਜ਼ਿਆਦਾ ਸੁਪਰਬ ਹੈ ਐਂਡ ਇਹ ਬਹੁਤ ਹੀ ਜ਼ਿਆਦਾ ਕਲਾਸੀ ਲੱਗਦੀ ਹੈ ਦੇਖੋ ਜੀ ਵੈਸੇ ਸਾਡੇ ਕੋਲ ਬਹੁਤ ਸੋਹਣਾ ਮੁੰਡਾ ਹੈਗਾ ਐਮੀ ਇਹਨੂੰ ਆਪਾਂ ਫੇਲ ਕਰਤਾ ਅੱਜ ਮੈਨੂੰ ਪਤਾ ਹੈ ਕਿਉਂਕਿ ਮੈਂ ਗੋਲਡ ਨਾਲ ਗੋਲਡ ਬੜਾ ਵਧੀਆ ਜੱਚ ਰਿਹਾ ਆਈ ਥਿੰਕ ਸੋ ਐਂਡ ਯੂ ਥਿੰਕ ਸੋ ਆਲਸੋ ਨੈਕਸਟ ਆਪਣੇ ਕੋਲ ਆ ਜਾਂਦਾ ਜੀ ਥੋੜ੍ਹਾ ਜਿਹਾ ਬਹੁਤ ਹੀ ਬਿਊਟੀਫੁਲ ਤਰੀਕੇ ਨਾਲ ਬਣਿਆ ਹੋਇਆ ਇਹ ਹੁਣ ਇੱਕ ਬਹੁਤ ਹੀ ਪ੍ਰੋਫੈਸ਼ਨਲ ਫਰੇਮ ਹੈ ਆਪ ਜੀ ਜਿਵੇਂ ਪਤਾ ਹੀ ਹੈ ਕਿ ਇਹ ਜਿਹੜੇ ਸ਼ੋਰਟਸ ਜਿਹੜੇ ਲੁੱਕ ਹੈ ਇਹ ਬਹੁਤ ਵਧੀਆ ਹੈ ਟੈਗ ਆਪਾਂ ਉਤਾਰ ਲੈਣਾ ਟੈਗ ਜਿਹੜਾ ਜ਼ਰੂਰੀ ਹੈ ਨਿਕਾਲਣਾ ਕਿਉਂਕਿ ਆਪਾਂ ਇਹ ਐਨਕ ਲੈ ਕੇ ਜਾਣੀ ਹੈ ਠੀਕ ਹੈ ਸੋ ਆਪਾਂ ਇਹ ਟੈਗ ਜਿਹੜਾ ਨਾਲ ਨਹੀਂ ਲੈ ਕੇ ਜਾਣਾ ਪੱਗਾਂ ਦੇ ਨਾਲ ਤਾਂ ਜਾਣੇ ਜਾਂਦੇ ਆਪਾਂ ਜਾਂ ਪੱਗ ਸੈੱਟ ਕਰ ਸਕਦੇ ਹਾਂ ਜਿਵੇਂ ਤੁਹਾਨੂੰ ਯੂਟਿਊਬ ਦਾ ਲੋਗੋ ਦਿਖਾਇਆ ਸੀ ਨਾ ਜਿਹੜਾ ਆਪਣਾ ਬਲੇ ਬਟਨ ਆਇਆ ਸੀ ਉਹ 'ਚ ਪੱਗ ਸੈੱਟ ਕੀਤੀ ਸੀ ਇਹਦੀ ਜਿਹੜੀ ਮਿਰਰ ਫਿਨਿਸ਼ ਬਹੁਤ ਵਧੀਆ ਅਤੇ ਆਪਾਂ ਪੱਗ ਸੈੱਟ ਕਰ ਸਕਦੇ ਹਾਂ ਓਕੇ ਜੀ ਚਲੋ ਆਪਾਂ ਐਨਕਾਂ ਤਾਂ ਚਲੋ ਕਲੀਅਰ ਕਰ ਲਿੱਤੀਆਂ ਆਲਮੋਸਟ ਅਤੇ ਮੈਨੂੰ ਹੁਣ ਇਹਨਾਂ ਸਾਰਿਆਂ ਵਿੱਚ ਜਿਹੜੀ ਪਸੰਦ ਆਈ ਹੈ ਉਹ ਇੱਕ ਆਹ ਪਸੰਦ ਆਈ ਹੈ ਗੋਲਡ ਕਲਰ ਦੇ ਵਿੱਚ ਟੈਗ ਜਿਹੜੇ ਨੇ ਬਈ ਆਪਾਂ ਉਤਾਰ ਕੇ ਰੱਖਣੇ ਆ ਉਹ ਵਾਹ ਜੀ ਵਾਹ ਦੇਖੋ ਬਹੁਤ ਫਲੈਕਸੀਬਲ ਫਰੇਮ ਹੈ ਐਂਡ ਆਪਾਂ ਇਹ ਪੱਗ ਦੇ ਵਿੱਚ ਪਾ ਸਕਦੇ ਹਾਂ ਬਿਨਾਂ ਸ਼ੀਸ਼ਾ ਦੇਖੇ ਪੱਗ ਦਾ ਪੱਲਾ ਖਰਾਬ ਵੀ ਕਰ ਸਕਦੇ ਹਾਂ ਮਰਜ਼ੀ ਹੈ ਸਾਡੀ ਟੋਰ ਹੈ ਲਓ ਜੀ ਟੋਰ ਮਿੱਤਰਾਂ ਦੀ ਲੱਗਦਾ ਅੰਬਰਸਰੀਆ ਕਿ ਨਹੀਂ ਪਟਿਆਲ ਵੀ ਲੱਗਦਾ